ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨਜ਼ਰ ਆ ਰਹੇ ਨੇ। ਬੱਬੂ ਮਾਨ ਨੇ ਧਰਨੇ ਵਾਲੇ ਗੀਤ ਗਾਏ ਨੇ, ਗੀਤ ਰਾਹੀਂ ਕਿਸਾਨਾਂ ਦਾ ਸਮਰਥਨ ਕੀਤਾ ਲੋਕਾਂ ਤੇ ਕਿਸਾਨਾਂ ਵੱਲੋਂ ਭਰਪੂਰ ਇੱਥੇ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ। ਕਿਸਾਨ ਸ਼ਲਾਘਾ ਕਰਦੇ ਹੋਏ ਨਜ਼ਰ ਆਏ ਤੇ ਗੀਤ ਧਰਨੇ ਵਾਲੇ ਨੂੰ ਇੱਥੇ ਦੱਸ ਦਈਏ, ਇਸ ਧਰਨੇ ਵਾਲੇ ਗੀਤ ਨੂੰ 1.5 ਲੱਖ ਤੋਂ ਜ਼ਿਆਦਾ ਵਿਊਜ਼ ਵੀ ਮਿਲ ਚੁੱਕੇ ਨੇ। ਤਾਂ ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨਜ਼ਰ ਆ ਰਹੇ ਨੇ, ਗੀਤ ਗਾਇਆ ਜੋ ਗੀਤ ਧਰਨੇ ਵਾਲੇ ਨੂੰ 1.5 ਲੱਖ ਤੋਂ ਜ਼ਿਆਦਾ ਵਿਊਜ਼ ਵੀ ਮਿਲੇ ਨੇ। ਤਾਂ ਬੱਬੂ ਮਾਨ ਨੇ ਧਰਨੇ 'ਤੇ ਗੀਤ ਗਾਇਆ। ਇਹ ਅਕਸਰ ਵੇਖਿਆ ਜਾਂਦਾ ਜਦੋਂ ਵੀ ਕਿਸਾਨ ਅੰਦੋਲਨ ਹੁੰਦਾ ਹੈ, ਤਾਂ ਜੋ ਪੰਜਾਬੀ ਕਲਾਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਉਤਰਦੇ ਹੋਏ ਨਜ਼ਰ ਆਉਂਦੇ ਨੇ। ਜਿੱਥੇ ਧਰਨਾ ਲੱਗਿਆ ਹੁੰਦਾ ਉੱਥੇ ਵੀ ਪਹੁੰਚਦੇ ਨੇ ਅਤੇ ਕਿਸਾਨਾਂ ਦਾ ਸਮਰਥਨ ਕਰਦੇ ਨੇ, ਹੱਲਾਸ਼ੇਰੀ ਦਿੰਦੇ ਨੇ ਕਿਸਾਨਾਂ ਨੂੰ। ਅਤੇ ਹੁਣ ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨਜ਼ਰ ਆਏ ਨੇ। ਬੱਬੂ ਮਾਨ ਨੇ ਧਰਨੇ ਵਾਲੇ ਜੋ ਗੀਤ ਗਾਇਆ ਉਸ ਨੂੰ 1.5 ਲੱਖ ਤੋਂ ਜ਼ਿਆਦਾ ਵਿਊਜ਼ ਹੁਣ ਤੱਕ ਮਿਲ ਚੁੱਕੇ ਨੇ ਅਤੇ ਲੋਕਾਂ ਨੇ ਕਿਸਾਨਾਂ ਨੇ ਇਸ ਗੀਤ ਦੀ ਸ਼ਲਾਘਾ ਵੀ ਕੀਤੀ ਹੈ। ਅਤੇ ਇਸ ਸਮੇਂ 'ਤੇ ਕਿਸਾਨ ਅੰਦੋਲਨ 2.0 ਚੱਲ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਪਹਿਲਾਂ ਦੇਖਿਆ ਗਿਆ ਸੀ, 2020-21 ਵਿੱਚ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਗਿਆ ਸੀ। ਫਤਿਹ ਕਰਕੇ ਕਿਸਾਨ ਉਸ ਸਮੇਂ ਵਾਪਸ ਆਏ ਸਨ ਅਤੇ 13 ਮਹੀਨਿਆਂ ਤੱਕ ਉਹ ਅੰਦੋਲਨ ਲਗਾਤਾਰ ਚੱਲਿਆ ਸੀ। ਅਤੇ ਹੁਣ ਕਿਸਾਨ ਅੰਦੋਲਨ 2.0 ਜਿਵੇਂ ਚੱਲ ਰਿਹਾ, ਤਾਂ ਕਿਸਾਨ ਖਨੌਰੀ ਬਾਰਡਰ 'ਤੇ ਡਟੇ ਹੋਏ ਨੇ, ਡੱਬਵਾਲੀ ਬਾਰਡਰ 'ਤੇ ਡਟੇ ਹੋਏ ਨੇ, ਉੱਥੇ ਸ਼ੰਭੂ ਬਾਰਡਰ 'ਤੇ ਡਟੇ ਹੋਏ ਨੇ। ਅਤੇ ਹਰ ਦਿਨ ਕਿਸਾਨਾਂ ਦੀ ਗਿਣਤੀ ਇੱਥੇ ਵੱਧ ਰਹੀ ਹੈ, ਹਰ ਦਿਨ ਨਵੀਂ ਰਣਨੀਤੀ ਇੱਥੇ ਤਿਆਰ ਕੀਤੀ ਜਾ ਰਹੀ ਹੈ। ਕੱਲ੍ਹ ਕਿਸਾਨ ਰੇਲਾ ਰੋਕਣਗੇ, ਤਾਂ ਇਹ ਉਸ ਗੀਤ ਦੀ ਝਲਕ ਥੰਬਨੇਲ ਤੁਸੀਂ ਵੇਖ ਸਕਦੇ ਹੋ। ਧਰਨੇ ਵਾਲੇ, ਇਸ ਗੀਤ ਦਾ ਨਾਂ ਦਿੱਤਾ ਗਿਆ ਧਰਨੇ ਵਾਲੇ। ਅਬ ਮਿਊਜ਼ਿਕ ਇੰਡਸਟਰੀ ਸੇ ਅਬ ਬੱਬੂ ਮਾਨ ਹੱਕ ਮੇ ਆ ਗਏ ਹੈ, ਉਨ੍ਹਾਂ ਨੇ ਆਪਣਾ ਇੱਕ ਨਵਾਂ ਗਾਣਾ ਰਿਲੀਜ਼ ਕੀਤਾ ਹੈ। उनका पहला गीत नहीं है, इससे पहले भी उन्होंने जलंधर में लाइव शो के दौरान एक गीत गाया था। नानक दे पुत्र आंदे सानू बरमा